ਪੁੱਲੜ ਪੀਜ਼ਾ ਵਾਲਿਆਂ ਦੇ ਨਾਮ ਦੇ ਨਾਲ ਮਸ਼ਹੂਰ ਵਾਇਰਲ ਕਪਲ ਸਹਿਜ ਅਰੋੜਾ ਤੇ ਗੁਰਪ੍ਰੀਤ ਕੋਰ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਨਿਹੰਗਸ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਪਿੱਛੇ ਪੈ ਗਏ ਨੇ। ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਤੁਸੀਂ ਇਤਰਾਜ ਯੋਗ ਕੰਟੈਂਟ ਬਣਾਉਣਾ ਸੋਸ਼ਲ ਮੀਡੀਆ ਤੇ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡੀ ਖੈਰ ਨਹੀਂ ਤੇ ਜੇਕਰ ਤੁਸੀਂ ਐਸਾ ਕੰਟੈਂਟ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਸਿਰ ਦੇ ਉੱਤੋਂ ਆਪਣੀਆਂ ਪੱਗਾਂ ਨੂੰ ਹਟਾ ਦਿਓ ਹੋਇਆ ਕੁਝ ਇਸ ਤਰੀਕੇ ਦੇ ਨਾਲ ਨਿਹੰਗ ਜਥੇਬੰਦੀਆਂ ਨੇ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਇਸ ਤਰੀਕੇ ਦਾ ਕੰਟੈਂਟ ਨਾ ਬਣਾਓ ਜੋ ਸਮਾਜ ਨੂੰ ਸੇਧ ਨਾ ਦਿੰਦਾ ਹੋਵੇ ਤੇ ਪੁੱਠੇ ਪਾਸੇ ਨੂੰ ਲੈ ਕੇ ਤੁਰਦਾ ਹੋਵੇ ਪਰ باوجود ਲਗਾਤਾਰ ਇਸ ਦੇ ਲਗਾਤਾਰ ਉਸੇ ਤਰੀਕੇ ਦਾ ਕੰਟੈਂਟ ਬਣਾਇਆ ਜਾ ਰਿਹਾ ਸੀ ਤੇ ਹੁਣ ਕੁਝ ਨਿਹੰਗ ਜਥੇਬੰਦੀਆਂ ਦੇ ਆਗੂ ਨੁਮਾਇੰਦੇ ਜਲੰਧਰ ਵਿੱਚ ਕੁੱਲੜ ਪੀਜ਼ਾ ਵਾਲਿਆਂ ਦੇ ਸ਼ੋਅਰੂਮ ਤੇ ਪਹੁੰਚ ਜਾਂਦੇ ਨੇ ਪਰ ਮੌਕੇ ਤੇ ਜੋ ਦੋਵੇਂ ਹੀ ਮਾਲਕ ਹੁੰਦੇ ਨੇ ਵਾਇਰਲ ਕਪਲ ਹੈ ਸਹਿਜ अरोड़ा ਤੇ ਗੁਰਪ੍ਰੀਤ ਕੋਰ ਦੋਵੇਂ ਮੌਕੇ ਤੇ ਮੌਜੂਦ ਨਹੀਂ ਹੁੰਦੇ ਇਸ ਕਰਕੇ ਜੋ ਨਿਹੰਗ ਸਿੰਘ ਨੇ ਉਹ ਥਾਣੇ ਦਾ ਰੁਖ ਕਰਦੇ ਨੇ ਤੇ ਉੱਥੇ ਸ਼ਿਕਾਇਤ ਦਰਜ ਕਰਵਾਉਂਦੇ ਨੇ ਪੁਲਿਸ ਦੇ ਮੁਤਾਬਕ ਔਰ ਨਿਹੰਗ ਸਿੰਘਾਂ ਦੇ ਮੁਤਾਬਕ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਪ੍ਰਸ਼ਾਸਨ ਨੇ ਵਾਅਦਾ ਕੀਤਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਨਿਹੰਗ ਬਾਬਿਆ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਾਈ ਜਾਵੇਗੀ ਤੇ ਜੋ ਵੀ ਵਿਵਾਦ ਹੈ ਉਸ ਨੂੰ ਛੇਤੀ ਤੋਂ ਛੇਤੀ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਤੁਹਾਨੂੰ ਅਸੀਂ ਉਹੀ ਦੋਵੇਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਪਾਸੇ ਤੁਸੀਂ ਜੋ ਵਾਇਰਲ ਕਪਲ ਹੈ, ਕੁਲੜ ਪੀਜ਼ਾ ਕਪਲ ਹੈ ਉਹਦੀਆਂ ਤਸਵੀਰਾਂ ਦੇਖ ਰਹੇ ਹੋ ਤੇ ਦੂਸਰੇ ਪਾਸੇ ਕਿਸ ਤਰੀਕੇ ਦੇ ਨਾਲ ਜਦੋਂ ਨਿਹੰਗ ਬਾਬੇ ਰੇਡ ਕਰਦੇ ਨੇ ਕੁਲੜ ਪੀਜ਼ਾ ਵਾਲਿਆਂ ਦੀ ਦੁਕਾਨ ਦੇ ਉੱਤੇ ਉਹਦੀਆਂ ਅਸੀਂ ਤੁਹਾਨੂੰ ਦੋਵੇਂ ਤਸਵੀਰਾਂ ਦਿਖਾ ਰਹੇ ਹਾਂ। ਕਾਫੀ ਜ਼ਿਆਦਾ ਉੱਥੇ ਮਾਹੌਲ ਵੀ ਥੋੜਾ ਗਰਮਾ-ਗਰਮੀ ਵਾਲਾ ਹੋ ਜਾਂਦਾ ਹੈ ਲੇਕਿਨ ਮੌਕੇ ਦੇ ਉੱਤੇ ਜੋ ਮਾਲਕ ਨੇ ਦੁਕਾਨ ਦੇ ਉੱਤੇ ਨਹੀਂ ਮਿਲਦੇ, ਨਾ ਹੀ ਫੋਨ ਦੇ ਉੱ ਕਰਕੇ ਪ੍ਰਸ਼ਾਸਨ ਦੋਵਾਂ ਦੇ ਵਿੱਚ ਮੀਡੀਏਟਰ ਬਣਨ ਦੀ ਕੋਸ਼ਿਸ਼ ਕਰਦਾ ਤੇ ਕਹਿੰਦਾ ਕਿ ਅਗਲੇ 3-4 ਦਿਨਾਂ ਦੇ ਵਿੱਚ ਦੋਵਾਂ ਪਾਰਟੀਆਂ ਨੂੰ ਬਿਠਾ ਕੇ ਮੁਲਾਕਾਤ ਕਰਾਈ ਜਾਵੇਗੀ ਕੁਝ ਇਸ ਤਰੀਕੇ ਦਾ ਰਸਤਾ ਕੱਢਿਆ ਜਾਵੇਗਾ ਕਿ ਜਿਨ੍ਹਾਂ ਦੇ ਨਾਲ ਦੋਵੇਂ ਹੀ ਪਾਰਟੀਆਂ ਨੂੰ ਕੋਈ ਇਤਰਾਜ਼ ਨਾ ਹੋਵੇ ਨਿਹੰਗ ਸਿੰਘਾ ਦਾ ਕੀ ਕਹਿਣਾ ਸੀਗਾ ਆਖਿਰਕਾਰ ਉਹ ਕੀ ਚਾਹੁੰਦੇ ਕੀ ਨੇ ਕੀ ਮੰਗਾ ਨੇ ਉਹ ਅਸੀਂ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਸਾਡਾ ਮਕਸਦ ਆ ਵੀ ਜਿਹੜਾ ਆਈਡੀਆ ਤੇ ਉਹਨਾਂ ਨੇ ਗੰਦ ਪਾਇਆ ਜਾਂ YouTube ਤੇ ਜਾਂ Instagram ਤੇ ਜਾਂ Snapchat ਤੇ ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ ਠੀਕ ਆ ਜੇ ਉਹਨਾਂ ਸੱਤ ਪੱਗ ਰੱਖਣੀਆਂ ਤੇ ਜੇ ਨਹੀਂ ਰੱਖਣੀ ਸਾਡੇ ਲੋ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਦੇ ਸਾਦ ਕੇ ਵਿੱਚ ਸਾਡੇ ਨਾਲ ਗੱਲ ਕਰ ਲੇ ਵੀ ਮੈਂ ਪਾਈ ਗੰਦ ਪਾਉਣਾ ਤੇ ਅਸੀਂ ਕਵਾਂਗੇ ਪਾਈ ਫਿਰ ਪੱਗ ਸਾਡੀ ਮੋੜ ਦੇ ਸਾਡੇ ਨੱਚ ਸਾਨੂੰ ਕੋਈ ਮਤਬ ਨਹੀਂ ਤੇਰੇ ਨਾਲ ਠੀਕ ਆ ਫਿਰ ਭਾਵੇਂ ਕੁੜੀਆਂ ਚਿਕਨ ਤੇ ਭਾਵੇਂ ਚਿਕਨ ਬੰਦੇ ਠੀਕ ਆ ਅਸੀਂ ਵਾਰ-ਵਾਰ ਇੱਕੋ ਗੱਲ ਨਹੀਂ ਕਰਦੇ ਸਾਨੂੰ ਚੰਗਾ ਨਹੀਂ ਲੱਗਦਾ ਐਸਐਚਓ ਸਾਹਿਬ ਨੇ ਇਹ ਗੱਲ ਦਾ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਸਾਨੂੰ 3 ਦਿਨ ਦਿਓ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਕਾਰਵਾਈ ਵੀ ਕਰਾਂਗੇ ਤੇ ਉਹਨੂੰ ਸੱਦਾਂਗੇ ਵੀ ਤੇ ਪ੍ਰਸ਼ਾਸਨ ਨੂੰ ਇੱਥੇ ਭਾ ਕੇ ਵਿੱਚ ਮੀਟਿੰਗ ਕਰਾਈ ਜਾਊਗੀ ਤੁਹਾਡੀ ਤੁਸੀਂ ਕੀ ਚਾਹੁੰਦੇ ਆ ਅਗਲੀ ਦੀ ਗੱਲ ਸੁਣਾਵਾਂਗੇ ਜੇ ਕੁਝ ਤਿੰਨਾਂ ਦਿਨਾਂ ਵਿੱਚ ਪੁਲਿਸ ਇਸ ਤੇ ਕਾਰਵਾਈ ਕਰਦੀ ਵਾਸਤੇ ਕਰੂਗੀ ਤੇ ਤੱਕ ਮੈਨੂੰ ਲੱਗਦਾ ਨਾ ਕਰੂਗੀ ਤੇ ਅਸੀਂ ਕਿਹੜਾ ਮਰ ਗਏ ਫੇਰ ਆ ਜਾਾਂਗੇ ਆਲਸਾ ਦੇ ਪ੍ਰਗਟ ਹੀ ਹੁੰਦਾ ਅੱਜ ਆਉਣ ਦਾ ਕੀ ਵੱਡਾ ਕਾਰਨ ਕੀ ਰਿਹਾ ਵੱਡਾ ਕਾਰਨ ਇਹੋ ਹੀ ਆ ਵੀ ਜਿਹੜਾ ਉਹ ਕਹਿੰਦਾ ਵੀ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦਾ ਮੇਰੀਆਂ ਵੀਡੀਓ ਜੇ ਪਤਾ ਨਹੀਂ ਕਿੰਨੀਆਂ ਕੁ ਵਾਇਰਲ ਹੋਣੀਆਂ ਅਸੀਂ ਉਹ ਡਿਲੀਟ ਕਰਾਉਣੀਆਂ ਜਿਹੜੀਆਂ ਪ੍ਰਧਾਨ ਜੀ ਜਿੰਦਾ ਸਾਹਿਬ ਜੀ ਜਿਹੜੀਆਂ ਅਜੇ ਪਈਆਂ ਵਾਂ ਜਿਨ੍ਹਾਂ ਬਾਬਤ ਉਹ ਕਹਿ ਰਿਹਾ ਵੀ ਮੈਨ ਸਰਾ ਤੇ ਪੱਗਾਂ ਬਣੀਆਂ ਤੇ ਫਿਰ ਤੁਸੀਂ ਸਿਹਾਰਿਆਂ ਦਾ ਹਿੱਸਾ ਹੀ ਆ ਤੁਸੀਂ ਕਿਹੜਾ ਨਹੀਂ ਹਿੱਸਾ ਫਿਰ ਤੁਸੀਂ ਸਾਨੂੰ ਕੋਈ ਬਦਨਾਮ ਕਰਦੇ ਆ ਸਾਡਾ ਕੀ ਕਸੂਰ ਆ ਅਸੀਂ ਵੀ ਲੋਕਾਂ ਦੇ ਸਮਾਜ ਦੇ ਸਿੱਖ ਉੱਛੇ ਰੁੱਚਾ ਕਰਕੇ ਤੁਰਨਾ ਹੀ ਲੋਕਾਂ ਨੂੰ ਕੀ ਦਸੀਏ ਵੀ ਆ ਸਾਡੇ ਭੈਣ ਭਰਾ ਹੋਏ ਨੱਚਣ ਦੇ ਸਾਨੂੰ ਸ਼ਰਮ ਆਉਂਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਦੀ ਭੈਣ ਵੀ ਇੰਨਾ ਮਤਲਬ ਬਸ ਲੁਕੀ ਕਰਦੀ ਪਈ ਉਹ ਕਹਿੰਦੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਧੰਗ ਸਿੰਘਾਂ ਦੀ ਬੋਲੀ ਖੜੜੀ ਹੁੰਦੀ ਆ ਅਸੀਂ ਮੱਝੇ ਵਾਲੇ ਆ ਤੇ ਮੱਝੇ ਵਾਲੇ ਦੀ ਬੋਲੀ ਵੈਸੇ ਜਿਹੜੀ ਉਹ ਖੜਕਵੀਂ ਹੁੰਦੀ ਆ ਕਰਕੇ ਅਗਲੇ ਬੰਦੇ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਬੰਦਾ ਚੰਗਾ ਬੋਲਦੇ ਆ ਤੇ ਸਮੇਂ ਦੇ ਵੱਡੇ ਵੱਡੇ ਹਾਕਮ ਤੱਕੇ ਨਹੀਂ ਜਾਣੇ ਫਿਰ